ਸਾਡੇ ਨਾਲ ਗੁਰੀ ਔਜਲਾ ਦੇ ਐਡਵੋਕੇਟ ਨੇ ਸਿਮਰਨਜੀਤ ਸਿੰਘ ਉਹਨਾਂ ਤੋਂ ਗੱਲ ਕਰਾਂਗੇ। ਸਿਮਰਨ ਜੀ, ਗੁਰੀ ਔਜਲਾ ਨੇ ਜੇਲ੍ਹ ਟ੍ਰਾਂਸਫਰ ਦੀ ਮੰਗ ਕੀਤੀ ਹੈ, ਡਿਬਰੂਗੜ੍ਹ ਜੇਲ੍ਹ ਵਿੱਚ ਸਾਰੇ ਡਿਟੈਨੀ ਬੰਦ ਨੇ, ਕਿਸ ਤੋਂ ਖਤਰਾ ਹੈ ਜਾਂ ਸਿੱਧਾ ਪੁੱਛਾ ਕਿ ਅੰਮ੍ਰਿਤਪਾਲ ਤੋਂ ਖਤਰਾ ਉਹਨਾਂ ਨੂੰ? ਦੇਖੋ, ਗੁਰੀ ਔਜਲੇ ਨੇ ਇੱਕ ਬੜਾ ਵੱਡਾ ਐਕਸਪੋਜ਼ ਕੀਤਾ ਹੈ ਸਕੈਂਡਲ, ਕਿ ਜਿਹੜੀ ਡੀਐਮ ਨੇ ਫਰੈਸ਼ ਗਰਾਊਂਡਸ ਦੇ ਵਿੱਚ ਅਨੈਕਸ਼ਰ ਪੀ ਤਈ ਹੈ, ਜਿਹਦੇ ਵਿੱਚ ਇੱਕ ਡਿਬਰੂਗੜ੍ਹ ਤੋਂ ਚਿੱਠੀ ਵਾਇਰਲ ਹੁੰਦੀ ਹੈ ਜਿਹਦੇ ਉੱਪਰ ਗੁਰੀ ਔਜਲੇ ਦੇ ਫੋਰਸ ਨੇਚਰ ਹੈਗੇ ਨੇ। ਅਸੀਂ ਕੋਰਟ ਨੂੰ 25 ਤਰੀਕ ਨੂੰ ਇੱਕ ਰਿਟਨ ਰਿਪ੍ਰੈਜੈਂਟੇਸ਼ਨ ਦਿੱਤੀ ਹੈ ਡੀਐਮ ਅੰਮ੍ਰਿਤਸਰ, ਚੀਫ ਸੈਕਟਰੀ, ਡੀਜੀਪੀ ਪੰਜਾਬ, ਕਿ ਮੇਰੇ ਇਹ ਸਿਗਨੇਚਰ ਨਹੀਂ ਹੈਗੇ ਤੇ ਸੋ ਤੁਸੀਂ ਇਹਦੇ ਉੱਪਰ ਜਿਹੜਾ ਮੇਰੇ ਓਰਿਜਨਲ ਸਿਗਨੇਚਰਸ ਨੂੰ, ਐਡਮਿਟਡ ਸਿਗਨੇਚਰਸ ਨੂੰ ਕੰਪੇਅਰ ਕਰਕੇ ਉਹਦੇ ਨਾਲ ਵੈਰੀਫਾਈ ਤਾਂ ਕਰੋ ਕਿ ਚਿੱਠੀ ਝੂਠੀ ਹੈਗੀ ਹੈ। ਸੋ ਉਸ ਤੋਂ ਬਾਅਦ ਜਿਹੜਾ ਗੁਰੀ ਔਜਲੇ ਨੂੰ ਥ੍ਰੈਟਸ ਆਉਣੀਆਂ ਸ਼ੁਰੂ ਹੋ ਗਈਆਂ ਨੇ, ਕਿਸ ਤੋਂ ਜਿਹਨਾਂ ਲੋਕਾਂ ਨੇ ਰਿਲੀਜ਼ ਕੀਤੀ ਹੈਗੀ ਹੈ। ਸੋ ਫੈਮਿਲੀ ਦੀ ਐਪਰੀਹੈਂਸ਼ਨ ਹੈਗੀ ਹੈ ਕਿ ਜੇਲ੍ਹ ਦੇ ਵਿੱਚ ਜਿਵੇਂ ਉਹਦਾ ਕੋਈ ਨੁਕਸਾਨ ਨਾ ਹੋ ਜਾਏ, ਸੋ ਉਹਦੀ ਜਿਹੜੀ ਜੇਲ੍ਹ ਹੈ ਸ਼ਿਫਟ ਕਰਨੀ ਚਾਹੀਦੀ ਹੈ। ਜੇਲ੍ਹ ਵਿੱਚ ਤਾਂ ਦੇਖੋ ਬਾਕੀ ਉਹੀ ਸਾਥੀ ਨੇ, ਅੰਮ੍ਰਿਤਪਾਲ ਸਿੰਘ, ਰਾਉਕੇ, ਦਲਜੀਤ ਕਲਸੀ ਹੋਣੀ, ਦੇਖੋ ਆਲਰੇਡੀ ਪਹਿਲੇ ਹੀ 14 ਮਾਰਚ ਤੋਂ ਸ਼ਿਕਾਇਤ ਦੇ ਬੇਸਿਸ ਤੇ ਉਹਨਾਂ ਨੂੰ ਦੋ ਗਰੁੱਪਾਂ ਚ ਸ਼ਿਫਟ ਕਰ ਦਿੱਤਾ ਗਿਆ ਹੈ, 4 ਇੱਕ ਸਾਈਡ ਨੇ, 6 ਇੱਕ ਸਾਈਡ ਨੇ। ਹੁਣ ਫਰਦਰ ਜਿਹੜਾ ਅਸੀਂ ਫੀਲ ਕਰ ਰਹੇ ਹਾਂ ਕਿ ਗੁਰ ਦੀ ਜਿਹੜੀ ਲਾਈਫ ਹੈ ਗ੍ਰੇਵ ਡੇਂਜਰ ਦੇ ਵਿੱਚ ਹੈਗੀ ਹੈ, ਤੇ ਸੁਪਰੀਮ ਕੋਰਟ ਦੀ ਇੱਕ ਫੁੱਲ ਜਜਮੈਂਟ ਹੈ ਏਕੇ ਰਾਏ ਦੀ, ਜਿਸ 5 ਜਜਸ ਨੇ ਕਿਹਾ ਹੈ, ਔਰ ਇੱਕ ਲੈਂਡਮਾਰਕ ਜਜਮੈਂਟ ਹੈ ਸੁਨੀਲ ਬਤਰਾ ਦੇ ਕੇਸ ਵਿੱਚ, ਜਿਹੜੇ ਅੰਡਰ ਟ੍ਰਾਇਲ ਪ੍ਰਿਜ਼ਨਰਸ ਡੈਟੇਨਿਊਸ ਦੇ ਰਾਈਟਸ ਹੈਗੇ ਨੇ। ਸੋ ਅਸੀਂ ਕਹਿੰਦੇ ਹਾਂ ਕਿ ਉਹਨੂੰ ਕਿਤੇ ਵੀ ਸ਼ਿਫਟ ਕਰ ਦਿਓ, ਸਾਨੂੰ ਕੋਈ ਗੱਲ ਨਹੀਂ ਹੈਗੀ। ਸੋ ਇੱਕ ਅਸੀਂ ਸੀਐਮ ਫਾਈਲ ਕੀਤੀ ਹੈ, ਸੀਐਮ ਦੇ ਵਿੱਚ ਅਸੀਂ ਕਹੇ ਕਿ ਡੀਐਮ ਅੰਮ੍ਰਿਤਸਰ ਨੇ ਸਬਜੈਕਟਿਵ ਸੈਟਿਸਫੈਕਸ਼ਨ ਨਹੀਂ ਕੀਤੀ, ਉਹਨੇ ਕੈਜੂਅਲ ਢੰਗ ਨਾਲ ਗਰਾਊਂਡਸ ਤਿਆਰ ਕੀਤੀਆਂ ਨੇ। ਉਹ ਕਿਵੇਂ ਹੈਗੀਆਂ? ਪਹਿਲੇ ਤੇ ਇਹਨਾਂ ਨੇ ਰਿਪਲਾਈ ਨਹੀਂ ਕੀਤਾ ਹੈ ਕਿ ਜਿਹੜੇ ਬੰਦੇ ਦੇ ਖਿਲਾਫ ਕਿਡਨੈਪਿੰਗ ਦੇ ਔਰ 153 ਇਹਦੇ 3 ਪਰਚੇ ਸੀ, ਉਹ ਜਦੋਂ ਐਸਐਸਪੀ ਨਾਲ ਥਾਣੇ ਚ ਬਹਿ ਰਿਹਾ ਹੈ ਤਾਂ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਗਿਆ? ਤੁਸੀਂ ਅੰਮ੍ਰਿਤਪਾਲ ਦਾ ਜ਼ਿਕਰ ਕਰ ਰਹੇ ਹੋ, ਬਿਲਕੁਲ। ਅੰਮ੍ਰਿਤਪਾਲ ਜਿਹੜਾ ਹੈ ਉਹਦੇ ਖਿਲਾਫ 3 ਐਫਆਈਆਰ ਸੀ, ਤੁਸੀਂ ਉਹਨੂੰ ਅਰੈਸਟ ਨਹੀਂ ਕੀਤਾ। ਇਟ ਮੀਨਸ ਕਿ ਤੁਸੀਂ ਇੱਕ ਟ੍ਰੈਪ ਲੀਡ ਕਰ ਰਹੇ ਸੀ। ਉਹ ਜਿਹੜੀ ਇੱਕ ਕੋਵਰਡਾਈਜ਼ ਐਕਟ ਹੈ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੋਇਆ, ਜਿਹੜੇ ਡਿਊਟੀ ਆਫਿਸਰਸ ਔਰ ਤੋਂ ਡਰ ਗਏ ਨੇ ਮੌਕੇ ਤੇ, ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਤੁਸੀਂ ਇੱਕ ਪਾਸੇ ਤੇ ਇੰਨੇ ਵੱਡੇ ਪੱਧਰ ਤੇ ਬੰਦਿਆਂ ਨੂੰ 2 ਸਾਲ ਤੋਂ ਛੱਡ ਨਹੀਂ ਰਹੇ, ਆਪਦੇ ਬੰਦਿਆਂ ਦਾ ਕੰਡਕਟ ਕਿਉਂ ਨਹੀਂ ਲਿਆ ਰਹੇ? ਦੂਸਰਾ, ਉਹਦੇ ਵਿੱਚ ਅਸੀਂ ਕਿਹਾ ਕਿ ਜਿਹੜੀ ਵਾਰਿਸ ਪੰਜਾਬ ਹੈ, ਰਜਿਸਟਰਡ ਸੁਸਾਇਟੀ ਹੈ, ਇਹਦੇ 9 ਮੈਂਬਰ ਨੇ, ਨਾ ਤੇ ਗੁਰੀ ਔਜਲਾ ਉਹਦਾ ਮੈਂਬਰ ਹੈਗਾ। ਤੁਸੀਂ ਕੋਈ ਰੈਜੂਲੇਸ਼ਨ ਲਿਆ ਦਿਓ ਜਿਸ ਚ ਗੁਰੀ ਔਜਲੇ ਨੂੰ ਮੈਂਬਰ ਲਿਆ ਹੋਏ, ਨਾ ਹੀ ਉਹਦਾ ਮੈਂਬਰ ਇਹ ਅੰਮ੍ਰਿਤਪਾਲ ਹੈਗਾ, ਤੇ ਨਾ ਹੀ ਕੋਈ ਰੈਜੂਲੇਸ਼ਨ ਹੈਗਾ ਉਹਨੂੰ ਮੈਂਬਰ ਬਣਾਉਂਦਾ, ਉਹਨੂੰ ਪ੍ਰਧਾਨ ਬਣਾਉਂਦਾ। ਸੋ ਜਿਹੜੀ ਸਬਜੈਕਟਿਵ ਸੈਟਿਸਫੈਕਸ਼ਨ ਹੈਗੀ ਹੈ ਉਹ ਡੀਐਮ ਅੰਮ੍ਰਿਤਸਰ ਨੇ ਬਿਲਕੁਲ ਨਹੀਂ ਕੀਤੀ ਹੈਗੀ, ਉਹਨੇ ਬੜਾ ਕੈਜੂਅਲ ਵੇ ਨਾਲ ਕੀਤਾ। ਤੇ ਉਸ ਦੇ ਵਿੱਚ ਸਾਡੇ ਅਸੀਂ ਜਜਮੈਂਟਸ ਵੀ ਕੋਰਟ ਨੂੰ ਦਿੱਤੀਆਂ ਨੇ ਜਿਹਦੇ ਵਿੱਚ ਹੈਗਾ ਕਿ ਜਦੋਂ ਡੀਐਮ ਸਬਜੈਕਟਿਵ ਸੈਟਿਸਫੈਕਸ਼ਨ ਨਹੀਂ ਕਰਦਾ, ਕੈਜੂਅਲ ਅਪਰੋਚ ਨਾਲ ਇਹੋ ਜਿਹੇ ਆਰਡਰ ਪਾਸ ਕਰਦਾ, ਉਹ ਸੈਟਿਸਫਾਈਡ ਹੋ ਜਾਂਦੇ। ਤੇ ਹੁਣ ਕੋਰਟ ਨੇ ਕੀ ਕਿਹਾ? ਅੱਜ ਕੋਰਟ ਨੇ 4 ਨਵੰਬਰ ਦੀ ਡੇਟ ਪਾ ਦਿੱਤੀ ਹੈ। ਜਿਹੜੀ ਜੇਲ੍ਹ ਟ੍ਰਾਂਸਫਰ ਹੈ ਉਹਦੇ ਵਿੱਚ ਵੀ ਸਟੇਟਸ ਰਿਪੋਰਟ ਪੰਜਾਬ ਸਰਕਾਰ ਕੋਲ ਮੰਗ ਲਈ ਹੈ। ਜਿਹੜਾ ਦੂਸਰਾ ਕੇਸ ਹੈ ਉਹਦੇ ਵਿੱਚ ਸਟੇਟ ਆਫ ਪੰਜਾਬ ਨੇ ਰਿਪਲਾਈ ਫਾਈਲ ਨਹੀਂ ਕੀਤਾ ਹੈਗਾ, ਉਹਦੇ ਵਿੱਚ ਵੀ ਸਰਕਾਰ ਨੇ ਕਿਹਾ ਕਿ ਮੇਨ ਪਟੀਸ਼ਨ ਚ ਵੀ ਰਿਪਲਾਈ ਫਾਈਲ ਕਰੋ, ਸੀਐਮ ਚ ਵੀ ਰਿਪਲਾਈ ਫਾਈਲ ਕਰੋ। ਜਿਹੜੇ 4 ਗਰੁੱਪ ਹੈ, 6 ਅਲੱਗ ਹੈ, ਚਾਰਾਂ ਨਾਲ ਕਿਹੜਾ ਗਰੁੱਪ ਹੈ? ਇਹ ਅਲੱਗ 6 ਇੱਕ ਸਾਈਡ ਨੇ, 4 ਇੱਕ ਸਾਈਡ ਨੇ, ਜਿਹੜੀ ਮੇਰੀ ਇਨਫੋਰਮੇਸ਼ਨ ਹੈਗੀ ਹੈ। ਤੇ ਗੁਰੀ ਔਜਲੇ, ਤੁਸੀਂ ਐਡਵੋਕੇਟ ਹੋ, ਗੁਰੀ ਔਜਲੇ ਨੇ ਥ੍ਰੈਟ ਪਰਸੈਪਸ਼ਨ ਜਿਹੜੀ ਕੀਤੀ ਹੈ ਕਿ ਕਦੇ ਧਮਕੀਆਂ ਆ ਰਹੀਆਂ ਨੇ, ਕਿੱਥੋਂ ਆ ਰਹੀਆਂ ਨੇ, ਮਾਰਨ ਦੀ ਗੱਲ ਹੈ ਜਾਂ ਕੀ ਗੱਲ, ਆਪਸ ਗਰੁੱਪਿਜ਼ਮ ਇੰਨਾ ਹੋ ਗਿਆ? ਜਿਹੜੀ ਥ੍ਰੈਟ ਪਰਸੈਪਸ਼ਨ ਹੁੰਦੀ ਹੈ ਉਸ ਚ ਕੁਛ ਵੀ ਹੋ ਸਕਦਾ, ਤੁਹਾਨੂੰ ਫਿਜ਼ੀਕਲ ਹਾਰਮ ਕਰ ਸਕਦਾ ਹੈ। ਕੋਈ ਜੇਲ੍ਹ ਦੇ ਵਿੱਚ ਕਿੰਨੇ ਮਰਡਰ ਹੋਏ ਨੇ ਤੁਸੀਂ ਵੇਖੋ, ਪੰਜਾਬ ਚ ਕਿੰਨੇ ਹੋਏ ਨੇ, ਤੁਸੀਂ ਕਿਸੇ ਦੇ ਸਿਰ ਚ ਕੋਈ ਰੋਡ ਮਾਰ ਦਿਓ, ਕਤਲ ਹੋ ਸਕਦਾ, ਇਹ ਕਿਹੜੀ ਗੱਲ ਹੈਗੀ? ਕੋਰਟ ਨੇ ਜਦੋਂ ਤੁਸੀਂ ਗੱਲ ਰੱਖੀ ਤਾਂ ਚੀਫ ਜਸਟਿਸ ਦੀ ਕੋਰਟ ਸੁਣਾਈ ਸੀਗੀ, ਚੀਫ ਜਸਟਿਸ ਨੇ ਵੀ ਕਿਹਾ ਕਿ ਡਿਬਰੂਗੜ੍ਹ ਬੜੀ ਸੇਫ ਜੇਲ੍ਹ ਹੈ। ਦੇਖੋ, ਮੈਂ ਜੱਜ ਸਾਹਿਬ ਨੂੰ ਕਿਹਾ ਸੀ, ਪਹਿਲੀ ਗੱਲ ਹੈ ਕਿ ਉਹਦਾ ਰਾਈਟ ਹੈਗਾ, ਜਿਹੜੀਆਂ ਦੋਨੋਂ ਜਜਮੈਂਟਸ ਨੇ, ਸੁਪਰੀਮ ਕੋਰਟ ਦੀ ਲੈਂਡਮਾਰਕ ਜਜਮੈਂਟ ਹੈ, ਸੁਨੀਲ ਬਤਰਾ ਕੇਸ ਦੇ ਵਿੱਚ ਲਾਅ ਸੈਟਲ ਹੋਇਆ। ਸੋ ਜਦੋਂ ਮੈਂ ਕਹਿ ਰਿਹਾ ਮੈਨੂੰ ਥ੍ਰੈਟ ਪਰਸੈਪਸ਼ਨ ਹੈਗੀ ਹੈ, ਸਭ ਤੋਂ ਪਹਿਲੇ ਤੇ ਉਹਨੂੰ ਟ੍ਰੇਸ ਕਰਨਾ ਚਾਹੀਦਾ ਨਾ, ਹੈਗੀ ਕਿ ਨਹੀਂ ਹੈਗੀ। ਵਿਦਾਊਟ ਐਨੀ ਰਿਪੋਰਟ, ਵਿਦਾਊਟ ਐਨੀ ਇਨਪੁੱਟ ਤੇ ਕੋਈ ਬੰਦਾ ਨਹੀਂ ਕਹਿ ਸਕਦਾ, ਇਹ ਗੱਲ ਕਹਿਣੀ ਤਾਂ ਪੋਸੀਬਲ ਨਹੀਂ ਹੈਗੀ। ਸੋ ਜਦੋਂ ਬੰਦਾ ਕਹਿ ਰਿਹਾ ਕਿ ਮੈਨੂੰ ਥ੍ਰੈਟ ਪਰਸੈਪਸ਼ਨ ਹੈਗੀ ਹੈ, ਸੋ ਉਹਦਾ ਰਾਈਟ ਹੈਗਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਨੂੰ ਇੱਥੇ ਬਦਲੋ, ਅਸੀਂ ਕਹਿੰਦੇ ਕਿਤੇ ਵੀ ਬਦਲ ਦਿਓ, ਕੋਈ ਗੱਲ ਨਹੀਂ ਹੈ।